ਖਾਲਿਸਤਾਨੀ ਕਹਿ ਕਹਿ ਕੇ ਭੰਡਣ ਵਾਲੇ ਯੂਪੀ ਦੇ ਸਿੱਖਾਂ ਦਾ ਇਤਿਹਾਸ ਜ਼ਰੂਰ ਸੁਣ ਲੈਣ। ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਟਾਈਮ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਯੂਪੀ ਦਾ ਲਖੀਮਪੁਰ ਖੀਰੀ ਹੈ ਜਿਹੜਾ, ਉਹ ਸਿੱਖਾਂ ਦਾ ਗੜ੍ਹ ਹੈ। 2011 ਦੀ ਜਨਗਣਨਾ ਦੇ ਮੁਤਾਬਿਕ ਯੂਪੀ ਦੇ ਵਿੱਚ ਸਿੱਖਾਂ ਦੀ ਕੁੱਲ ਆਬਾਦੀ 6,43,500 ਸੀ। ਸਿੱਖਾਂ ਨੂੰ ਧਮਕਾਉਣ ਵਾਲੇ ਤੇ ਫਿਰ ਕਤਲ ਕਰਵਾਉਣ ਵਾਲੇ ਮੰਤਰੀ ਅਜੇ ਮਿਸ਼ਰਾ ਸਿੱਖਾਂ ਦੀ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਨੂੰ ਖਾਲਿਸਤਾਨੀ ਧਿਰਾਂ ਦੇ ਨਾਲ ਜੋੜ ਰਹੇ ਨੇ। ਅਜਿਹੇ ਇਲਜ਼ਾਮਾਂ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਕੁਝ ਲੋਕਾਂ ਦੇ ਵੱਲੋਂ ਚਰਚਾ ਕੀਤੀ ਜਾ ਰਹੀ ਹੈ ਕਿ ਇਹ ਸਿੱਖ ਖਾਲਿਸਤਾਨੀ ਲਹਿਰ ਦੀ ਚੜ੍ਹਤ ਵੇਲੇ ਯੂਪੀ ਦੇ ਵਿੱਚ ਆ ਕੇ ਵਸ ਗਏ ਸੀ ਤੇ ਹੁਣ ਯੂਪੀ ਦੇ ਸਿੱਖ ਭਾਈਚਾਰੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਤਰਾਸ਼ੀਆਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ। ਉਹੀ ਸਿੱਖ ਜਿਨ੍ਹਾਂ ਨੇ ਬੰਜਰ ਯੂਪੀ ਨੂੰ ਆਪਣੇ ਖੂਨ ਪਸੀਨੇ ਦੇ ਨਾਲ ਵਾਹੀ ਯੋਗ ਬਣਾਇਆ ਸੀ। 26 ਸਤੰਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੇ ਕਿਸਾਨਾਂ ਨੂੰ ਧਮਕਾਇਆ ਸੀ ਕਿ ਜੇ ਮੇਰਾ ਵਿਰੋਧ ਕਰੋਗੇ ਤਾਂ ਲਖੀਮਪੁਰ ਖੀਰੀ ਤੋਂ ਬਾਹਰ ਜਾਣਾ ਪਏਗਾ। ਇਸ ਖਾਸ ਰਿਪੋਰਟ ਦੇ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਯੂਪੀ, ਖਾਸ ਕਰਕੇ ਲਖੀਮਪੁਰ ਖੀਰੀ ਦੇ ਵਿੱਚ ਵਸਦੇ ਸਿੱਖਾਂ ਦਾ ਇਤਿਹਾਸ। ਇੱਥੇ ਵਸੇ ਜ਼ਿਆਦਾਤਰ ਸਿੱਖ ਉਹ ਨੇ ਜਿਨ੍ਹਾਂ ਨੇ 1947 ਤੋਂ ਬਾਅਦ, ਯਾਨੀ ਕਿ ਦੇਸ਼ ਦੀ ਵੰਡ ਤੋਂ ਬਾਅਦ ਉਹ ਇੱਥੇ ਆ ਕੇ ਵਸ ਗਏ ਸੀ ਅਤੇ ਉਹ ਸਿੱਖ ਵੀ ਨੇ ਜਿਨ੍ਹਾਂ ਨੇ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕਰ ਲਈ। ਲਖੀਮਪੁਰ ਖੀਰੀ ਤਰਾਈ ਖੇਤਰ ਦਾ ਨੇਪਾਲ ਦੇ ਨਾਲ ਲੱਗਣ ਵਾਲਾ ਜ਼ਿਲ੍ਹਾ ਹੈ। ਇਹ ਲਖਨਊ ਪ੍ਰਸ਼ਾਸਨ ਦੇ ਅਧੀਨ ਆਉਂਦਾ ਹੈ ਅਤੇ ਲਖਨਊ ਸ਼ਹਿਰ ਤੋਂ ਕਰੀਬ 130 ਕਿਲੋਮੀਟਰ ਦੂਰੀ ਉੱਤੇ ਹੈ। ਅੰਗਰੇਜ਼ਾਂ ਦੇ ਵੱਲੋਂ ਜੰਗਲੀ ਜਾਨਵਰਾਂ ਦੀ ਰੱਖ ਖਾਤਰ ਮਖਸੂਸ ਰੱਖੇ ਗਏ ਤਰਾਈ ਦੇ ਜੰਗਲਾਂ ਨੂੰ ਖੇਤੀ ਲਾਇਕ ਬਣਾਉਣ ਦੇ ਲਈ ਸਿੱਖ ਪੰਜਾਬੀਆਂ ਨੇ ਖੂਨ ਪਸੀਨਾ ਇੱਕ ਕਰ ਦਿੱਤਾ ਸੀ। ਉਸ ਵਕਤ ਪੂਰੇ ਦੇਸ਼ ਦੇ ਵਿੱਚੋਂ ਸੱਦਾ ਦਿੱਤਾ ਗਿਆ ਸੀ ਕਿ ਕੌਣ ਯੂਪੀ ਦੇ ਇਹਨਾਂ ਜੰਗਲਾਂ ਨੂੰ ਆਬਾਦ ਕਰੂਗਾ, ਤਾਂ ਸਿਰਫ ਪੰਜਾਬ ਦੇ ਸਿੱਖ ਸੀਗੇ ਜਿਨ੍ਹਾਂ ਨੇ ਹੱਥ ਉੱਚਾ ਕਰਕੇ ਇਹਨਾਂ ਇਸ ਇਲਾਕੇ ਨੂੰ ਆਬਾਦ ਕਰਵਾਉਣ ਦਾ ਜਿਗਰਾ ਦਿਖਾਇਆ ਸੀ। ਅੰਗਰੇਜ਼ਾਂ ਵੱਲੋਂ ਜੰਗਲੀ ਜਾਨਵਰਾਂ ਦੀ ਰੱਖ ਖਾਤਰ ਮਖਸੂਸ ਰੱਖੇ ਗਏ ਤਰਾਈ ਦੇ ਜੰਗਲਾਂ ਨੂੰ ਖੇਤੀ ਲਾਇਕ ਬਣਾਉਣ ਦੇ ਲਈ ਸਿੱਖ ਪੰਜਾਬੀਆਂ ਨੇ ਖੂਨ ਪਸੀਨਾ ਇੱਕ ਕਰ ਦਿੱਤਾ ਸੀ। ਅੰਗਰੇਜ਼ਾਂ ਦੇ ਇੱਥੋਂ ਰੁਖਸਤ ਹੋਣ ਤੋਂ ਬਾਅਦ 99 ਸਾਲਾਂ ਦੇ ਲਈ ਪਟੇ ਉੱਤੇ ਅਲਾਟਮੈਂਟ ਖੋਲ੍ਹੀ ਗਈ ਤਾਂ ਪੰਜਾਬੀ ਮੂਹਰੇ ਹੋ ਕੇ ਨਿਤਰੇ। ਜਦੋਂ ਬਾਕੀ ਸਾਰੇ ਭਾਈਚਾਰੇ ਇਸ ਬੰਜਰ ਜ਼ਮੀਨ ਨੂੰ ਪੱਟਣ ਤੋਂ ਟਲ ਰਹੇ ਸੀ ਤਾਂ ਪੰਜਾਬੀ ਇੱਕੋ ਇੱਕ ਕੌਮ ਸੀ, ਸਿੱਖਾਂ ਦੀ ਇੱਕੋ ਇੱਕ ਕੌਮ ਸੀ ਜਿਸਨੇ ਦਲੇਰੀ ਭਰਿਆ ਕਦਮ ਪੁੱਟਿਆ, ਬਾਂਹ ਖੜੀ ਕਰਕੇ ਕਿਹਾ ਸੀ ਕਿ ਅਸੀਂ ਇਸ ਜੰਗਲੀ ਇਲਾਕੇ ਨੂੰ ਆਬਾਦ ਕਰਾਂਗੇ। ਬੰਜਰ ਪੱਟਣ ਦੇ ਲਈ ਕਿਸਾਨਾਂ ਨੇ ਨਾ ਦਿਨ ਦੇਖਿਆ ਨਾ ਰਾਤ, ਰੁੱਖਾਂ ਦੇ ਨਾਲ ਟੰਗੇ ਮੰਜੇ ਦੇ ਉੱਤੇ ਦੋ ਘੜੀਆਂ ਅੱਖਾਂ ਮੀਚ ਕੇ ਉਹ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੱਧਦੇ ਰਹਿੰਦੇ। ਕਿਸਾਨਾਂ ਨੇ ਨਾ ਸੋਕੇ ਦੀ ਪ੍ਰਵਾਹ ਕੀਤੀ ਅਤੇ ਨਾ ਹੀ ਡੋਬੇ ਦੀ। ਅਸੀਂ ਉਸ ਥਾਂ ਦੀ ਬਾਤ ਪਾ ਰਹੇ ਹਾਂ ਜਿੱਥੇ ਦੋ ਦਿਨ ਪਹਿਲਾਂ ਬੰਜਰ ਜ਼ਮੀਨ ਤੇ ਪਲਟਾਵੇਂ ਹਲ ਚਲਾਉਣ ਵਾਲਿਆਂ ਦੇ ਪੁੱਤ ਪੋਤਿਆਂ ਦਾ ਖੂਨ ਡੋਲਿਆ ਗਿਆ। ਅਸੀਂ ਗੱਲ ਕਰ ਰਹੇ ਹਾਂ ਉਹਨਾਂ ਸਿਰੜੀਆਂ ਦੀ ਜੋ ਰੱਬ ਤੇ ਭਰੋਸਾ ਕਰਕੇ ਬਿਨਾਂ ਕਿਸੇ ਸਾਧਨ ਤੇ ਹਥਿਆਰ ਤੋਂ ਬੰਜਰ ਪੁੱਟਦੇ ਰਹੇ। ਜ਼ਮੀਨ ਅਲਾਟ ਕਰਵਾਉਣ ਦੇ ਲਈ ਪੰਜਾਬ ਦੇ ਵਿੱਚ ਹੀ ਪੈਲੀ ਗਹਿਣੇ ਧਰੀ, ਕਿਸੇ ਨੇ ਘਰਵਾਲੀ ਦਾ ਟੂਮ ਛੱਲਾ ਵੇਚਿਆ ਤੇ ਕਿਸੇ ਨੇ ਮਾਲ ਡੰਗਰ ਤੱਕ ਵੇਚ ਦਿੱਤਾ। ਜਿਹੜਾ ਖੁਦ ਨਹੀਂ ਕਰ ਸਕਿਆ ਉਹਨੇ ਹਿੱਸੇਦਾਰੀ ਪਾ ਲਈ। ਰੁੱਖ ਨਾਲ ਮੰਜਾ ਟੰਗ ਕੇ ਦੋ ਘੜੀਆਂ ਆਰਾਮ ਕਰਨ ਵਾਲੇ ਵੇਲੇ ਤੋਂ ਬਾਅਦ ਇਹਨਾਂ ਦਾ ਆਸਰਾ ਕੱਚੀਆਂ ਕੰਧਾਂ ਵਾਲੇ ਘਾਹ ਫੂਸ ਦੇ ਘਰ ਬਣੇ। ਉਸ ਵੇਲੇ ਤਰਾਈ ਜਿਹਦੀ ਲੰਬਾਈ ਲਗਭਗ 200 ਤੇ ਚੌੜਾਈ 60 ਕਿਲੋਮੀਟਰ ਦੀ ਸੀ, ਨਿਆਈ ਬਣਾ ਦਿੱਤਾ ਸੀ। 50 ਸਾਲਾਂ ਦੇ ਮਹਿੰਦਰ ਸਿੰਘ ਲਖੀਮਪੁਰ ਖੀਰੀ ਦੇ ਨੇਪਾਲ ਬਾਰਡਰ ਨਾਲ ਲੱਗਦੇ ਪਿੰਡ ਪਸ਼ਤੌਰ ਦੇ ਵਿੱਚ ਰਹਿੰਦੇ ਨੇ। ਬੀਬੀਸੀ ਪੰਜਾਬੀ ਦੇ ਨਾਲ ਮਹਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪਰਿਵਾਰ ਕਰੀਬ 60 ਸਾਲ ਪਹਿਲਾਂ ਪੰਜਾਬ ਤੋਂ ਇੱਥੇ ਆਇਆ ਸੀ। ਉਹਨਾਂ ਦਾ ਪਿਛੋਕੜ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਮਾਲਾ ਗਹਿਲਾਂ ਦੇ ਨਾਲ ਹੈ। ਉਹਨਾਂ ਦੇ ਪਿਤਾ ਸੋਹਣ ਸਿੰਘ ਆਪਣੇ ਬਜ਼ੁਰਗਾਂ ਦੇ ਨਾਲ ਇਸ ਇਲਾਕੇ ਵਿੱਚ ਆਏ ਸੀ। ਪੰਜਾਬ ਰਹਿੰਦਿਆਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਇੱਥੇ ਬੇਆਬਾਦ ਅਤੇ ਬੰਜਰ ਜ਼ਮੀਨ ਜਿਹੜੀ ਆ ਬਹੁਤ ਸਸਤੀਆਂ ਦਰਾਂ ਦੇ ਉੱਤੇ ਮਿਲ ਰਹੀ ਸੀ। ਉਹਨਾਂ ਨੇ ਇੱਥੇ ਆ ਕੇ ਕਰੀਬ 10 ਏਕੜ ਜ਼ਮੀਨ ਖਰੀਦੀ ਅਤੇ ਇੱਥੇ ਹੀ ਵਸ ਗਏ। ਮਹਿੰਦਰ ਸਿੰਘ ਦੇ ਵੱਡੇ ਭਰਾ ਯੂਪੀ ਰੋਡਵੇਜ਼ ਦੇ ਵਿੱਚ ਇੰਸਪੈਕਟਰ ਨੇ ਅਤੇ ਉਹਨਾਂ ਦੀਆਂ ਦੋ ਭੈਣਾਂ ਨੇ ਜਿਹੜੀਆਂ ਯੂਪੀ ਦੇ ਵਿੱਚ ਹੀ ਵਿਆਹੀਆਂ ਹੋਈਆਂ ਨੇ। ਉਹ ਦੱਸਦੇ ਨੇ ਕਿ ਸਾਡੀਆਂ ਪੰਜਾਬ ਦੇ ਵਿੱਚ ਰਿਸ਼ਤੇਦਾਰੀਆਂ ਹਨ ਅਤੇ ਪਰ ਹੁਣ ਜ਼ਿਆਦਾਤਰ ਸਾਕ ਸੰਬੰਧੀ ਇੱਥੇ ਹੀ ਬਣ ਗਏ ਨੇ। ਸੁਰਜੀਤ ਸਿੰਘ ਇੱਕ ਹੋਰ ਕਿਸਾਨ ਨੇ ਉੱਥੋਂ ਦੇ ਰਹਿਣ ਵਾਲੇ। ਉਹਨਾਂ ਦੇ ਦਾਦਾ ਬੰਤਾ ਸਿੰਘ 1948 ਦੇ ਵਿੱਚ ਉੱਥੇ ਪਹੁੰਚੇ ਸੀ, ਯਾਨੀ ਕਿ ਵੰਡ ਤੋਂ ਇੱਕ ਸਾਲ ਬਾਅਦ। ਸੁਰਜੀਤ ਸਿੰਘ ਦਾ ਪਿਛੋਕੜ ਵੀ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਪਿੰਡ ਨੌਰਾ ਦਾ ਹੈ ਅਤੇ ਇਹਨਾਂ ਸਾਰਿਆਂ ਨੇ ਯੂਪੀ ਦੀ ਬੰਜਰ ਜ਼ਮੀਨ ਨੂੰ ਵਾਹੀ ਯੋਗ ਬਣਾਇਆ। ਉੱਥੇ ਜਿਹੜੀਆਂ ਫਸਲਾਂ ਨੇ ਉਹ ਲਹਿਲਹਾਉਣ ਲੱਗੀਆਂ ਅਤੇ ਅੱਜ ਤੱਕ ਉਹਨਾਂ ਫਸਲਾਂ ਦੇ ਵਿੱਚੋਂ, ਉਸ ਧਰਤੀ ਦੇ ਵਿੱਚੋਂ ਅੰਨ ਹੈ ਜਿਹੜਾ ਲਗਾਤਾਰ ਉਗਾਇਆ ਜਾ ਰਿਹਾ ਹੈ।
ਪਰ ਅਫਸੋਸ ਹੈ ਕਿ ਬੰਜਰ ਨੂੰ ਨਿਆਈ ਬਣਾਉਣ ਵਾਲੇ ਇਹ ਸਿੱਖ ਪੰਜਾਬੀ ਕਿਸਾਨ ਉਦੋਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਣ ਲੱਗੇ ਜਦੋਂ ਇਹ ਟਰੈਕਟਰਾਂ ਤੇ ਲਗਜ਼ਰੀ ਗੱਡੀਆਂ ਵਾਲੇ ਹੋ ਗਏ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਨੇ ਐਵੇਂ ਨਹੀਂ ਕਿਹਾ ਜਾਂਦਾ, ਕਦੇ ਸਰਕਾਰ ਵੱਲੋਂ ਨੇ ਤੇ ਕਦੇ ਦਸਤਾਰ ਨੂੰ ਵੰਗਾਰਾ ਨੇ, ਕਦੇ ਚਿੱਟੀਆਂ ਸੰਗਮਰਮਰ ਇਮਾਰਤਾਂ ਦੇ ਵਿੱਚ ਝੂਲਦੇ ਨਿਸ਼ਾਨ ਸਾਹਿਬ ਨੂੰ ਵੰਗਾਰਾਂ ਪੈ ਜਾਂਦੀਆਂ ਨੇ। ਗੱਲ ਹੁਣ ਇੱਥੇ ਪਹੁੰਚ ਗਈ ਕਿ ਪਹਾੜੀ ਲੋਕ ਕਹਿਣ ਤੇ ਇਹ ਕਹਿਣ ਤੇ ਆ ਗਏ ਕਿ ਤਰਾਈ ਤੋਂ ਹਮਾਰੀ ਹੈ, ਇਹ ਤੋਂ ਹਮਾਰਾ ਆਂਗਨ ਹੈ ਜਿਹੜਾ ਕਿ ਸਿੱਖਾਂ ਨੇ ਵਸਾਇਆ, ਜਿਹੜਾ ਪੰਜਾਬੀ ਸਿੱਖ ਕਿਸਾਨਾਂ ਨੇ ਵਸਾਇਆ। ਹਾਕਮਾਂ ਨੇ ਫਿਰ ਨਵੇਂ ਕਾਨੂੰਨ ਦੀ ਆੜ ਦੇ ਵਿੱਚ ਪੰਜਾਬੀਆਂ ਤੇ ਸ਼ਿਕੰਜਾ ਕਸਿਆ ਤੇ ਇਹਨਾਂ ਦੇ ਗੇੜੇ ਕੋਰਟ ਕਚਹਿਰੀਆਂ ਦੇ ਵਿੱਚ ਲਗਾਤਾਰ ਲੱਗਣ ਲੱਗੇ। ਤਰਾਈ ਦਾ ਇੱਕ ਵੀ ਕਿਸਾਨ ਨਹੀਂ ਬਚਿਆ ਜਿਸ ਨੂੰ ਜ਼ਮੀਨ ਅਲਾਟ ਕਰਵਾਉਣ ਤੋਂ ਲੈ ਕੇ ਅੱਜ ਤੱਕ ਅਦਾਲਤਾਂ ਦੇ ਵਿੱਚ ਗੇੜੇ ਨਾ ਮਾਰਨੇ ਪਏ ਹੋਣ। ਉੱਤਰ ਪ੍ਰਦੇਸ਼ ਦੇ ਨਾਲ ਨਾਲ ਉੱਤਰਾਖੰਡ ਦੇ ਵਿੱਚ ਵੀ ਸਿੱਖਾਂ ਦੀ ਵੱਡੀ ਆਬਾਦੀ ਵਸਦੀ ਹੈ, ਜਿਹੜੇ ਕਿ ਕਿਸੇ ਵੇਲੇ ਪੰਜਾਬ ਤੋਂ ਹੀ ਜਾ ਕੇ ਉੱਥੇ ਵਸੇ ਸੀ ਅਤੇ ਖਾਸ ਕਰਕੇ ਖੇਤੀਬਾੜੀ ਨੂੰ, ਜੰਗਲਾਂ ਨੂੰ ਆਬਾਦ ਕਰਨ ਖਾਤਰ ਹੀ ਵਸੇ ਸੀ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਾਨਪੁਰ, ਵਾਰਾਣਸੀ, ਆਗਰਾ ਅਤੇ ਕਈ ਹੋਰ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਆਬਾਦੀ ਹੈ। ਇਹਨਾਂ ਦੇ ਵਿੱਚ ਕਈ ਲੋਕ ਉਹ ਨੇ ਜਿਨ੍ਹਾਂ ਦਾ ਪੰਜਾਬ ਨਾਲ ਭਾਵੇਂ ਕੋਈ ਸੰਬੰਧ ਨਹੀਂ ਹੈ ਪਰ ਸਿੱਖੀ ਨਾਲ ਜ਼ਰੂਰ ਸੰਬੰਧ ਹੈ। ਇਹ ਸਿੱਖ ਗੁਰੂ ਸਾਹਿਬਾਨ ਦੀਆਂ ਇਸ ਖਿੱਤੇ ਦੀਆਂ ਯਾਤਰਾਵਾਂ ਦੌਰਾਨ ਉਹਨਾਂ ਦੇ ਪ੍ਰਭਾਵ ਦੇ ਨਾਲ ਸਿੱਖ ਬਣੇ ਸੀ। ਯੂਪੀ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਦੇ ਵਿੱਚ ਇਤਿਹਾਸਿਕ ਗੁਰੂ ਘਰਾਂ ਦੀ ਹੋਂਦ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਇਸ ਖਿੱਤੇ ਦੇ ਲੋਕ ਵੱਡੀ ਗਿਣਤੀ ਵਿੱਚ ਉਹਨਾਂ ਲੋਕਾਂ ਦੇ ਵਾਰਿਸ ਨੇ ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਤੋਂ ਪ੍ਰੇਰਿਤ ਹੋ ਕੇ ਸਿੱਖੀ ਧਾਰਨ ਕਰ ਲਈ ਸੀ। ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਚਰਨਜੀਤ ਸਿੰਘ ਭੁੱਲਰ ਲਿਖਦੇ ਨੇ ਇਹ ਕਿਹਾ ਦੰਗਲ ਸੀ। ਲਖੀਮਪੁਰ ਖੀਰੀ ਦੇ ਪਿੰਡ ਤਕੋਨੀਆ 'ਚ ਇਹ ਕਾਂਡ ਵਾਪਰਿਆ ਜਿੱਥੇ ਹਰ ਵਰ੍ਹੇ ਦੀ 2 ਅਕਤੂਬਰ ਨੂੰ ਦੰਗਲ ਹੁੰਦਾ। ਐਤਕੀ ਇਹ ਦੰਗਲ 3 ਅਕਤੂਬਰ ਨੂੰ ਹੋਣਾ ਸੀ ਜਿੱਥੇ ਡਿਪਟੀ ਮੁੱਖ ਮੰਤਰੀ ਪਹੁੰਚ ਰਿਹਾ ਸੀ। ਦੰਗਲ ਤੋਂ ਪਹਿਲਾਂ ਹੀ ਹਕੂਮਤ ਨੇ 2 ਹੱਥ ਦਿਖਾ ਦਿੱਤੇ ਜਿਸ ਵਜੋਂ 4 ਕਿਸਾਨ ਜ਼ਿੰਦਗੀ ਤੋਂ ਹਾਰ ਗਏ ਪਰ ਕਿਸਾਨੀ ਦੰਗਲ ਦੇ ਵਿੱਚ ਜਾਨ ਪਾ ਗਏ। 50 ਵਰ੍ਹਿਆਂ ਦਾ ਹੁਸ਼ਿਆਰ ਸਿੰਘ ਕਹਿੰਦਾ ਹੈ ਕਿ ਹਕੂਮਤ ਦੀ ਨੀਅਤ ਮਾੜੀ ਸੀ ਜਿਸ ਕਰਕੇ ਇਹ ਕਾਰਾ ਵਾਪਰਿਆ। ਸੋ 2 ਦਿਨ ਪਹਿਲਾਂ ਲਖੀਮਪੁਰ ਖੀਰੀ ਦੇ ਵਿੱਚ ਜੋ ਕਿਸਾਨਾਂ ਦੇ ਨਾਲ ਵਾਪਰਿਆ ਹੈ ਉਸ ਨਾਲ ਇੱਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਕਿਸਾਨਾਂ ਦੇ ਦਿਨ ਹਾਲੇ ਫਿਰੇ ਨਹੀਂ। ਆਪਣੇ ਹੱਕਾਂ ਦੀ ਲੜਾਈ ਲਈ ਸ਼ਾਂਤਮਈ ਢੰਗ ਦੇ ਨਾਲ ਲੜਦਿਆਂ ਉਹਨਾਂ ਨੂੰ ਜਾਨ ਗੁਆਉਣੀ ਪਈ ਹੈ ਅਤੇ ਸਾਨੂੰ ਇਹ ਲੱਗਦਾ ਹੈ ਕਿ ਕਿਸਾਨ ਅੰਨਦਾਤਾ ਹੋ ਕੇ ਤਰਾਈ ਦੀ ਧਰਤੀ ਲਈ ਹਮੇਸ਼ਾ ਬਾਹਰ ਵਾਲਾ ਹੀ ਅੱਜ ਤੱਕ ਕਹਾ ਰਿਹਾ। ਅਤੇ ਇਹ ਜੋ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ ਉਹ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਪੂਰੇ ਭਾਰਤ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ ਉਹ ਸਿੱਖ ਨੇ, ਜ਼ਿਆਦਾਤਰ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਹੈਗੇ ਨੇ ਉਹ ਹੀ ਕਿਸਾਨੀ ਦਾ ਕਿੱਤਾ ਕਰਦੇ ਨੇ। ਇਸ ਕਰਕੇ ਸਿੱਖੀ ਨੂੰ ਕਿਸਾਨੀ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਧੰਨਵਾਦ।